ਗੋਲੀ ਚੱਲਣ ਦੇ ਨਾਲ ਇੱਕ ਜਿਮ ਦੇ ਸੰਚਾਲਕ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦਰਦਨਾਕ ਮੌਤ ਇਸ ਜਿਮ ਸੰਚਾਲਕ ਦੀ ਹੋਈ ਹੈ। ਇਲਾਕੇ ਦੇ ਵਿੱਚ ਇਸ ਦਾ ਵੱਡਾ ਨਾਮ ਸੀ ਪਾਵਰ ਲਿਫਟਿੰਗ ਦੇ ਵਿੱਚ, ਤੇ ਕਿਹਾ ਜਾ ਰਿਹਾ ਹੈ ਕਿ 200 ਕਿਲੋ ਦਾ ਵਜ਼ਨ ਬਿਨਾਂ ਬੈਲਟ ਤੋਂ ਹੀ ਇਹ ਡੈਡ ਲਿਫਟ ਕਰਦਾ ਸੀ। ਤਾਂ ਦੱਸ ਦਈਏ ਕਿ ਇੱਕ ਜਿਮ ਸੰਚਾਲਕ ਦੀ ਮੌਤ ਹੋ ਗਈ ਹੈ। ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ, ਗੋਲੀ ਚੱਲੀ ਹੈ, ਜਿਸ ਤੋਂ ਬਾਅਦ ਇਸ ਜਿਮ ਸੰਚਾਲਕ ਨੇ ਦਮ ਤੋੜ ਦਿੱਤਾ। ਦਰਅਸਲ ਜਾਣਕਾਰੀ ਅਨੁਸਾਰ ਜਿਮ ਸੰਚਾਲਕ ਦੇ ਕੋਲ ਆਪਣਾ ਹੀ ਲਾਇਸੈਂਸੀ ਰਿਵੋਲਵਰ ਸੀ, ਤੇ ਜਦੋਂ ਜਿਮ ਦੇ ਵਿੱਚ ਇਹ ਰਿਵੋਲਵਰ ਨੂੰ ਚੈੱਕ ਕਰ ਰਿਹਾ ਸੀ ਤਾਂ ਉਸਦੇ ਵਿੱਚੋਂ ਅਚਾਨਕ ਹੀ ਫਾਇਰ ਚੱਲ ਪੈਂਦਾ ਹੈ, ਜਿਸ ਤੋਂ ਬਾਅਦ ਗੋਲੀ ਉਸਦੇ ਸਿੱਧਾ ਹੀ ਸਿਰ ਦੇ ਵਿੱਚ ਲੰਘਦੀ ਹੈ ਤੇ ਆਰ ਪਾਰ ਹੋ ਜਾਂਦੀ ਹੈ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਇਸ ਜਿਮ ਸੰਚਾਲਕ ਦੇ ਤਾਏ ਦਾ ਮੁੰਡਾ ਪਹੁੰਚਦਾ ਹੈ ਤਾਂ ਖੂਨ ਦੇ ਨਾਲ ਲੱਥਪੱਥ ਹੋਇਆ ਇਹ ਵਿਕਾਸ ਕੁਮਾਰ ਜ਼ਮੀਨ ਤੇ ਡਿੱਗਿਆ ਹੁੰਦਾ ਹੈ ਤੇ ਇਸ ਨੂੰ ਜਦੋਂ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਹੀ ਇਹ ਦਮ ਤੋੜ ਦਿੰਦਾ ਹੈ। ਤਾਂ ਦੱਸ ਦਈਏ ਕਿ ਪਰਿਵਾਰ ਦੇ ਉੱਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ। ਜਿਮ ਲਾਉਣ ਦਾ ਸ਼ੌਕੀਨ ਸੀ ਇਹ ਜਿਮ ਟ੍ਰੇਨਰ ਤੇ ਆਪਣਾ ਹੀ ਇਸਨੇ ਜਿਮ ਖੋਲ੍ਹਿਆ ਹੋਇਆ ਸੀ। ਹਾਲਾਂਕਿ ਇਸਦੀ ਪਤਨੀ 4 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ ਤੇ 5 ਸਾਲ ਦੀ ਇੱਕ ਬੇਟੀ ਵੀ ਹੈ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ। ਫਤਿਹਾਬਾਦ ਦੀ ਇਹ ਖਬਰ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਜਿਮ ਸੰਚਾਲਕ ਦੀ ਆਪਣੇ ਹੀ ਲਾਇਸੈਂਸੀ ਰਿਵੋਲਵਰ ਦੇ ਵਿੱਚੋਂ ਗੋਲੀ ਚੱਲਣ ਦੇ ਨਾਲ ਮੌਤ ਹੋ ਗਈ ਹੈ। ਹਾਲਾਂਕਿ ਵਿਕਾਸ ਕੁਮਾਰ ਜੋ ਕਿ ਜਿਮ ਸੰਚਾਲਕ ਹੈ, ਜਿਸ ਦੀ ਮੌਤ ਹੋਈ ਹੈ, ਅਕਸਰ ਹੀ ਵੇਟ ਲਾਉਣ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਉਂਦਾ ਰਹਿੰਦਾ ਸੀ। 12 ਅਪ੍ਰੈਲ ਨੂੰ ਜਦੋਂ ਇਸਨੇ ਇੱਕ ਆਪਣੀ ਵੀਡੀਓ ਪਾਈ ਤਾਂ ਉਸਦੇ ਵਿੱਚ ਇਸਨੇ ਨੀਚੇ ਲਿਖਿਆ ਹੋਇਆ ਸੀ ਕਿ ਕਦੋਂ RIP ਹੋ ਜਾਵੇ। ਤਾਂ ਦੱਸ ਦਈਏ ਕਿ ਬਿਲਕੁਲ ਉਸ ਵੀਡੀਓ ਨੂੰ ਹੁਣ ਵਾਰ ਵਾਰ ਲੋਕ ਦੇਖ ਰਹੇ ਨੇ, ਕਿਉਂਕਿ 12 ਅਪ੍ਰੈਲ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਇਸਨੇ ਲਿਖਿਆ ਕਿ ਖੋਰੇ ਕਦ RIP ਹੋ ਜਾਵੇ। ਤਾਂ ਦੱਸ ਦਈਏ ਕਿ ਹੁਣ ਇਸ ਜਿਮ ਸੰਚਾਲਕ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਪਾਵਰ ਲਿਫਟਿੰਗ ਦੇ ਵਿੱਚ ਇਸਦਾ ਇੱਕ ਵੱਡਾ ਨਾਮ ਸੀ। ਹਾਲਾਂਕਿ ਕਿਹਾ ਜਾ ਰਿਹਾ ਕਿ ਆਪਣੇ ਸ਼ੌਂਕ ਦੇ ਕਾਰਨ ਹੀ ਇਸਨੇ ਜਿਮ ਖੋਲ੍ਹੀ ਸੀ ਅਤੇ ਅਕਸਰ ਇਹ ਵੀਡੀਓਜ਼ ਵੀ ਕਾਫੀ ਪਾਉਂਦਾ ਰਹਿੰਦਾ ਸੀ। ਤਾਂ ਦੱਸ ਦਈਏ ਕਿ ਇੱਕ ਜਿਮ ਸੰਚਾਲਕ ਦੀ ਮੌਤ ਹੋਈ ਹੈ ਗੋਲੀ ਲੱਗਣ ਦੇ ਨਾਲ। ਆਪਣੇ ਹੀ ਲਾਇਸੈਂਸੀ ਰਿਵੋਲਵਰ ਨੂੰ ਜਦੋਂ ਚੈੱਕ ਕਰ ਰਿਹਾ ਸੀ ਤਾਂ ਉਸਦੇ ਵਿੱਚੋਂ ਫਾਇਰ ਚੱਲਦਾ ਸਿੱਧਾ ਸਿਰ ਦੇ ਵਿੱਚ ਜਾ ਲੱਗਦਾ ਹੈ। ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਪਤਨੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਤਨੀ 4 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ ਤੇ 5 ਸਾਲ ਦੀ ਬੇਟੀ ਨੂੰ ਵੀ ਹੁਣ ਇਹ ਇਕੱਲਾ ਛੱਡ ਗਿਆ। ਗੋਲੀ ਚੱਲਣ ਦੇ ਨਾਲ ਇੱਕ ਜਿਮ ਦੇ ਸੰਚਾਲਕ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦਰਦਨਾਕ ਮੌਤ ਇਸ ਜਿਮ ਸੰਚਾਲਕ ਦੀ ਹੋਈ ਹੈ। ਇਲਾਕੇ ਦੇ ਵਿੱਚ ਇਸਦਾ ਵੱਡਾ ਨਾਮ ਸੀ ਪਾਵਰ ਲਿਫਟਿੰਗ ਦੇ ਵਿੱਚ, ਤੇ ਕਿਹਾ ਜਾ ਰਿਹਾ ਹੈ ਕਿ 200 ਕਿਲੋ ਦਾ ਵਜ਼ਨ ਬਿਨਾਂ ਬੈਲਟ ਤੋਂ ਹੀ ਇਹ ਡੈਡ ਲਿਫਟ ਕਰਦਾ ਸੀ। ਤਾਂ ਦੱਸ ਦਈਏ ਕਿ ਇੱਕ ਜਿਮ ਸੰਚਾਲਕ ਦੀ ਮੌਤ ਹੋ ਗਈ ਹੈ। ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ, ਗੋਲੀ ਚੱਲੀ ਹੈ, ਜਿਸ ਤੋਂ ਬਾਅਦ ਇਸ ਜਿਮ ਸੰਚਾਲਕ ਨੇ ਦਮ ਤੋੜ ਦਿੱਤਾ। ਦਰਅਸਲ ਜਾਣਕਾਰੀ ਅਨੁਸਾਰ ਜਿਮ ਸੰਚਾਲਕ ਦੇ ਕੋਲ ਆਪਣਾ ਹੀ ਲਾਇਸੈਂਸੀ ਰਿਵੋਲਵਰ ਸੀ, ਤੇ ਜਦੋਂ ਜਿਮ ਦੇ ਵਿੱਚ ਇਹ ਰਿਵੋਲਵਰ ਨੂੰ ਚੈੱਕ ਕਰ ਰਿਹਾ ਸੀ ਤਾਂ ਉਸਦੇ ਵਿੱਚੋਂ ਅਚਾਨਕ ਹੀ ਫਾਇਰ ਚੱਲ ਪੈਂਦਾ ਹੈ, ਜਿਸ ਤੋਂ ਬਾਅਦ ਗੋਲੀ ਉਸਦੇ ਸਿੱਧਾ ਹੀ ਸਿਰ ਦੇ ਵਿੱਚ ਲੰਘਦੀ ਹੈ ਤੇ ਆਰ ਪਾਰ ਹੋ ਜਾਂਦੀ ਹੈ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਇਸ ਜਿਮ ਸੰਚਾਲਕ ਦੇ ਤਾਏ ਦਾ ਮੁੰਡਾ ਪਹੁੰਚਦਾ ਹੈ ਤਾਂ ਖੂਨ ਦੇ ਨਾਲ ਲੱਥਪੱਥ ਹੋਇਆ ਇਹ ਵਿਕਾਸ ਕੁਮਾਰ ਜ਼ਮੀਨ ਤੇ ਡਿੱਗਿਆ ਹੁੰਦਾ ਹੈ ਤੇ ਇਸ ਨੂੰ ਜਦੋਂ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਹੀ ਇਹ ਦਮ ਤੋੜ ਦਿੰਦਾ ਹੈ। ਤਾਂ ਦੱਸ ਦਈਏ ਕਿ ਪਰਿਵਾਰ ਦੇ ਉੱਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ। ਜਿਮ ਲਾਉਣ ਦਾ ਸ਼ੌਕੀਨ ਸੀ ਇਹ ਜਿਮ ਟ੍ਰੇਨਰ ਤੇ ਆਪਣਾ ਹੀ ਇਸਨੇ
ਜਿਮ ਖੋਲਿਆ ਹੋਇਆ ਸੀ। ਹਾਲਾਂਕਿ ਇਸ ਦੀ ਪਤਨੀ 4 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ ਤੇ 5 ਸਾਲ ਦੀ ਇੱਕ ਬੇਟੀ ਵੀ ਹੈ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ। ਫਤਿਹਾਬਾਦ ਦੀ ਇਹ ਖਬਰ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਜਿਮ ਸੰਚਾਲਕ ਦੀ ਆਪਣੇ ਹੀ ਲਾਇਸੈਂਸੀ ਰਿਵੋਲਵਰ ਦੇ ਵਿੱਚੋਂ ਗੋਲੀ ਚੱਲਣ ਦੇ ਨਾਲ ਮੌਤ ਹੋ ਗਈ ਹੈ। ਹਾਲਾਂਕਿ ਵਿਕਾਸ ਕੁਮਾਰ ਜੋ ਕਿ ਜਿਮ ਸੰਚਾਲਕ ਹੈ ਜਿਸ ਦੀ ਮੌਤ ਹੋਈ ਹੈ, ਅਕਸਰ ਹੀ ਵੇਟ ਲਾਉਣ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਉਂਦਾ ਰਹਿੰਦਾ ਸੀ। 12 ਅਪ੍ਰੈਲ ਨੂੰ ਜਦੋਂ ਇਸਨੇ ਇੱਕ ਆਪਣੀ ਵੀਡੀਓ ਪਾਈ ਤਾਂ ਉਸ ਦੇ ਵਿੱਚ ਇਸਨੇ ਨੀਚੇ ਲਿਖਿਆ ਹੋਇਆ ਸੀ ਕਿ ਕਦੋਂ RIP ਹੋ ਜਾਵੇ। ਤਾਂ ਦੱਸ ਦਈਏ ਕਿ ਬਿਲਕੁਲ ਉਸ ਵੀਡੀਓ ਨੂੰ ਹੁਣ ਵਾਰ ਵਾਰ ਲੋਕ ਦੇਖ ਰਹੇ ਨੇ ਕਿਉਂਕਿ 12 ਅਪ੍ਰੈਲ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਇਸਨੇ ਲਿਖਿਆ ਕਿ ਖੋਰੇ ਕਦ RIP ਹੋ ਜਾਵੇ। ਤਾਂ ਦੱਸ ਦਈਏ ਕਿ ਹੁਣ ਇਸ ਜਿਮ ਸੰਚਾਲਕ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਪਾਵਰ ਲਿਫਟਿੰਗ ਦੇ ਵਿੱਚ ਇਸ ਦਾ ਇੱਕ ਵੱਡਾ ਨਾਮ ਸੀ। ਹਾਲਾਂਕਿ ਕਿਹਾ ਜਾ ਰਿਹਾ ਕਿ ਆਪਣੇ ਸ਼ੌਂਕ ਦੇ ਕਾਰਨ ਹੀ ਇਸਨੇ ਜਿਮ ਖੋਲੀ ਸੀ ਅਤੇ ਅਕਸਰ ਇਹ ਵੀਡੀਓਜ਼ ਵੀ ਕਾਫੀ ਪਾਉਂਦਾ ਰਹਿੰਦਾ ਸੀ। ਤਾਂ ਦੱਸ ਦਈਏ ਕਿ ਇੱਕ ਜਿਮ ਸੰਚਾਲਕ ਦੀ ਮੌਤ ਹੋਈ ਹੈ ਗੋਲੀ ਲੱਗਣ ਦੇ ਨਾਲ। ਆਪਣੇ ਹੀ ਲਾਇਸੈਂਸੀ ਰਿਵਾਲਵਰ ਨੂੰ ਜਦੋਂ ਚੈੱਕ ਕਰ ਰਿਹਾ ਸੀ ਤਾਂ ਉਸ ਦੇ ਵਿੱਚੋਂ ਫਾਇਰ ਚੱਲਦਾ ਸਿੱਧਾ ਸਿਰ ਦੇ ਵਿੱਚ ਜਾ ਲੱਗਦਾ। ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਪਤਨੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਤਨੀ 4 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ ਤੇ 5 ਸਾਲ ਦੀ ਬੇਟੀ ਨੂੰ ਵੀ ਹੁਣ ਇਹ ਇਕੱਲਾ ਛੱਡ ਗਿਆ।